ਪੰਜਾਬ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਦੋਸਤ ਤੇ ਤੁਹਾਡਾ ਹੋਸਟ। ਪੰਜਾਬ ਦੇ ਸਿੱਖਿਆ ਭਾਗ ਵਿੱਚ ਵੱਖ ਵੱਖ ਵਰਗ ਦੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਦੇ ਲਈ ਵੱਡੇ ਯਤਨਸ਼ੀਲ ਉਪਰਾਲੇ ਕੀਤੇ ਜਾ ਰਹੇ ਨੇ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਵੀ ਪੰਜਾਬ ਸਿੱਖਿਆ ਭਾਗ ਵਿੱਚ ਮੈਰੀਟੋਰੀ ਸਕੂਲਾਂ ਦੇ ਵਿੱਚ ਕੰਮ ਕਰਦੇ ਅਧਿਆਪਕਾਂ ਵੱਲੋਂ ਲੰਬੇ ਸਮੇਂ ਤੋਂ ਰੈਗੂਲਰ ਹੋਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੋਈ ਹੈ। ਇਸ ਆਵਾਜ਼ ਦੇ ਚੱਲਦਿਆਂ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਵੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਤਾਂ ਬਹੁਤ ਸਾਰੀਆਂ ਜਿਹੜੀਆਂ ਰੈਲੀਆਂ ਨੇ ਮੁੱਖ ਮੰਤਰੀ ਦੇ ਘਰ ਵਿੱਚ ਵੀ ਉਹਨਾਂ ਵੱਲੋਂ ਕੀਤੀਆਂ ਗਈਆਂ ਸਨ। ਬਹੁਤ ਸਾਰੇ ਰੋਸ ਧਰਨੇ ਮੁਜ਼ਾਹਰੇ ਕੀਤੇ ਗਏ ਸਨ। ਅੱਜ ਫਿਰ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਰਾ ਕਰਨ ਲਈ ਜਿਹੜੇ ਇਹ ਅਧਿਆਪਕ ਯੂਨੀਅਨ ਇੱਥੇ ਪਹੁੰਚੀ ਹੈ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਕੁਲਵਿੰਦਰ ਸਿੰਘ ਬਾਠ ਹੈ। ਕੁਲਵਿੰਦਰ ਸਿੰਘ ਜੀ, ਲੰਬੇ ਸਮੇਂ ਤੋਂ ਜਿਹੜੀਆਂ ਮੈਰੀਟੋਰੀਅਸ ਜਿਹੜੇ ਅਧਿਆਪਕ ਨੇ ਇਹਨਾਂ ਦੀਆਂ ਅਸਲ ਮੰਗਾਂ ਕੀ ਸਰ? ਮਤਲਬ ਜਿਹੜੇ ਇਹ ਮੈਰੀਟੋਰੀਅਸ ਸਕੂਲਾਂ ਦੇ ਟੀਚਰ ਨੇ ਇਹਨਾਂ ਦੀ ਗਿਣਤੀ 270 ਦੇ ਲਗਭਗ ਹੈ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਆਜ਼ਾਦ ਭਾਰਤ ਅਤੇ ਪੰਜਾਬ ਦੇ ਵਿੱਚ ਇੱਕ ਵੀ ਭਰਤੀ ਇਸ ਤਰ੍ਹਾਂ ਦੀ ਟੀਚਰਾਂ ਦੀ ਅੱਜ ਤੱਕ ਨਹੀਂ ਹੋਈ ਜਿਹੜੀ ਇਹਨਾਂ ਦੀ ਹੋਈ ਹੋਈ ਹੈ। ਅਸੀਂ ਪਹਿਲਾਂ ਟੈਸਟ ਦਿੰਦੇ ਹਾਂ, ਫਿਰ ਅਸੀਂ ਟੀਚਿੰਗ ਡੈਮੋ ਦਿੰਦੇ ਹਾਂ, ਫਿਰ ਸਾਡੀ ਇੰਟਰਵਿਊ ਹੁੰਦੀ ਹੈ। ਇਸ ਕਰਕੇ ਜਿਹੜੇ ਟੀਚਰ ਇੰਨੀ ਲੰਮੀ ਮਤਲਬ ਅੱਛੀ ਭਰਤੀ ਪ੍ਰਕਿਰਿਆ ਹੋਣ ਕਰਕੇ ਜਿਹੜੇ ਟੀਚਰ ਨੇ ਇਹ PhD, UGC, ਗੋਲਡ ਮੈਡਲਿਸਟ, ਐਮਫਿਲਨੈਟ ਪਾਸ ਟੀਚਰ ਨੇ, ਇਹ ਆਮ ਅਧਿਆਪਕ ਨਹੀਂ ਹਨ। ਕਿਉਂਕਿ ਜਿਹੜੇ ਮੈਰੀਟੋਰੀ ਸਕੂਲਾਂ 'ਚ ਬੱਚੇ ਆਉਂਦੇ ਨੇ ਪੜ੍ਹਨ ਵਾਲੇ, ਉਹ ਸਰਕਾਰੀ ਸਕੂਲਾਂ 'ਚ ਜਿਹੜੇ ਮੱਧ ਵਰਗ ਗਰੀਬ ਪਰਿਵਾਰਾਂ ਦੇ ਇੰਟੈਲੀਜੈਂਟ ਬੱਚੇ ਆਉਂਦੇ ਨੇ, ਉਹਨਾਂ ਨੂੰ ਹੀ ਕਮਰਸ, ਮੈਡੀਕਲ ਅਤੇ ਨੋਨ ਮੈਡੀਕਲ ਦੀ ਪੜ੍ਹਾਈ ਵਾਸਤੇ ਮਤਲਬ ਦਾਖਲਾ ਮਿਲਦਾ। ਇਸ ਕਰਕੇ ਇਹ ਟੀਚਰ ਜਿਹੜੇ ਨੇ ਪੰਜਾਬ ਦੇ ਮਤਲਬ ਇੱਕ ਬਹੁਤ ਵੱਡੀ ਭਰਤੀ ਪ੍ਰਕਿਰਿਆ ਰਾਹੀਂ ਸਿਲੈਕਟ ਹੋਏ ਵੇ ਟੀਚਰ ਨੇ। ਸਰਕਾਰ ਜਿਹੜੀ ਹੈ ਬੜੀ ਵਧੀਆ ਕਾਰਜਕਾਰੀ ਆਪਣੀ ਦਿਖਾ ਰਹੀ ਹੈ। ਕਿਹਾ ਜਾ ਰਿਹਾ ਵੀ ਤੁਸੀਂ ਚੰਨੀ ਦੇ ਪਿੱਛੇ ਕਿਹਾ ਸੀ ਪ੍ਰਦਰਸ਼ਨ ਨਾ ਕਰੋ, ਟੈਂਕੀਆਂ 'ਤੇ ਨਾ ਚੜੋ, ਤੁਹਾਨੂੰ ਅਸੀਂ ਰੋਜ਼ਗਾਰ ਦੇਵਾਂਗੇ। ਕੀ ਤੁਹਾਨੂੰ ਇਹ ਦਿਲਾਸੇ ਚੰਨੀ ਸਰਕਾਰ ਨੇ ਕਿੱਦਾਂ ਦੇ ਦਿਲਾਸੇ ਲੱਗੇ ਨੇ ਤੁਹਾਨੂੰ? ਮੇਰੇ ਹੱਥ 'ਚ ਫੜਿਆ ਹੋਇਆ ਜਿਹੜਾ ਨੋਟਸ ਹੈ, ਇਹ ਜਿਹੜੇ ਸਾਡੇ ਪੰਜਾਬ ਦੇ ਮੌਜੂਦਾ ਉਪ ਮੁੱਖ ਮੰਤਰੀ OP ਸੋਨੀ ਨੇ, ਇਹ ਪੰਜਾਬ ਦੀ ਕੈਪਟਨ ਗੌਰਮੈਂਟ ਦੇ ਵਿੱਚ ਸਿੱਖਿਆ ਮੰਤਰੀ ਸੀ, ਅਤੇ ਉਹ ਸਿੱਖਿਆ ਮੰਤਰੀ OP ਸੋਨੀ ਵੱਲੋਂ ਨੋਟਸ ਜਾਰੀ ਕੀਤਾ ਗਿਆ 31 ਜੁਲਾਈ 2018 ਨੂੰ ਕਿ ਅਸੀਂ SS ਰਾਮਸਾ ਅਤੇ ਮੈਰੀਟੋਰੀ ਸਕੂਲਾਂ ਦੇ ਟੀਚਰਾਂ ਨੂੰ ਸਿੱਖਿਆ ਭਾਗ ਦੇ ਵਿੱਚ ਰੈਗੂਲਰ ਕਰਨਾ, ਜੋ ਤਨਖਾਹ ਘਟਾ ਕੇ ਆਪਣੀ ਸਹਿਮਤੀ ਦੇਣਾ ਚਾਹੁੰਦੇ ਆ ਤਾਂ ਉਹ ਰੈਗੂਲਰ ਹੋ ਸਕਦੇ ਆ। ਅਸੀਂ 270 ਅਧਿਆਪਕਾਂ ਨੇ ਤਨਖਾਹ ਘਟਾਉਣ ਦੀ ਸਹਿਮਤੀ 2018 'ਚ ਹੀ ਦੇ ਦਿੱਤੀ ਸੀ, ਲਿਖਤੀ ਵੀ ਦਿੱਤੀ ਅਤੇ ਪੋਰਟਲ ਦੇ ਥਰੂ ਵੀ ਦਿੱਤੀ। ਜਿਹੜਾ ਮੌਜੂਦਾ ਸਾਡਾ ਸਿੱਖਿਆ ਮੰਤਰੀ ਪ੍ਰਗਟ ਸਿੰਘ, ਉਹਨੇ ਬਕਾਇਦਾ ਸਾਨੂੰ ਖੁਦ ਬੁਲਾਇਆ ਕਿ ਮੇਰੇ ਨਾਲ ਮੀਟਿੰਗ ਕਰੋ। ਪੈਨਲ ਮੀਟਿੰਗ ਉਹਦੇ ਵਿੱਚ ਸੈਕਟਰੀ ਬੈਠਿਆ, DPI ਬੈਠਿਆ, DGAC ਬੈਠਿਆ, ਖੁਦ ਸਿੱਖਿਆ ਮੰਤਰੀ ਨੂੰ ਅਫਸਰਾਂ ਨੇ ਮੂੰਹ ਤੇ ਗੱਲ ਕਹੀ ਵੀ ਇਹ ਜਿਹੜੇ ਮੇਰੇ ਕੋਲ ਸਕੂਲ ਟੀਚਰ ਨੇ ਇਹਨਾਂ ਦੀ ਮੰਗ ਬਿਲਕੁਲ ਜਾਇਜ਼ ਆ, ਇਹਨਾਂ ਨੂੰ ਸਰ ਰੈਗੂਲਰ ਕੀਤਾ ਜਾਵੇ। ਪਹਿਲਾਂ ਰਹਿ ਜਿਹੜਾ ਸਾਡਾ ਸਿੱਖਿਆ ਮੰਤਰੀ ਆ ਉਹਨੇ 7 ਅਕਤੂਬਰ ਨੂੰ ਉਹਨਾਂ ਨੇ ਮਤਲਬ ਆਪਣੀ ਫੇਸਬੁੱਕ 'ਤੇ ਪਾਇਆ ਕਿ ਮੈਰੀਟੋਰੀ ਸਕੂਲਾਂ ਟੀਚਰ ਦੀ ਮੰਗ ਜਾਇਜ਼ ਆ, ਇਹਨਾਂ ਨੂੰ ਜਲਦੀ ਜਲਦੀ ਰੈਗੂਲਰ ਕਰਾਂਗੇ। ਬਟ ਅੱਜ 1.5 ਮਹੀਨਾ ਲੰਘ ਗਿਆ, ਹਾਲੇ ਤੱਕ ਸਾਡੀ ਮਤਲਬ ਕੋਈ ਸੁਣਵਾਈ ਨਹੀਂ। ਅੱਜ ਦਾ ਜਿਹੜਾ ਐਕਸ਼ਨ ਹੈ ਨਵਜੋਤ ਸਿੰਘ ਸਿੱਧੂ ਦਾ ਤੁਹਾਡਾ ਕਿੱਦਾਂ ਦਾ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਦੇ ਨਾਲ ਸਾਡੀਆਂ ਦੋ